ਕਿਸ ਤਰ੍ਹਾਂ ਦਾ ਪਾਣੀ ਆ ਰਿਹਾ ਤੁਹਾਡੀ ਵਾਰਡ ਦੇ ਵਿੱਚ ਜੀ? ਗਲੀਆਂ ਭਰੀਆਂ ਪਈਆਂ ਜੀ। ਗਲੀਆਂ ਸਰ ਇਸ ਤਰ੍ਹਾਂ ਨੇ ਵੀ ਇਹ ਯਾਨੀ ਕਿ ਸੀਵਰੇਜ ਦਾ ਪਾਣੀ ਇੰਨਾ ਕੁ ਉਭੋਰ ਹੋ ਚੁੱਕਿਆ ਨਾ, ਗਲੀਆਂ ਦੇ ਵਿੱਚ ਤੁਰਿਆ ਫਿਰਦਾ ਸਾਰਾ, ਔਰ ਇਸ ਦੀ ਯਾਨੀ ਕਿ ਬਲੌਕ ਹੋ ਚੁੱਕਿਆ ਸ਼ੁਰੂ ਤੋਂ, ਯਾਨੀ ਬਲੌਕ ਹੋ ਗਿਆ ਸੀ ਅਤੇ ਬਲੌਕ ਯਾਨੀ ਸ਼ੁਰੂ ਤੋਂ ਹੀ ਚੱਲਿਆ ਹੀ ਕੋਈ ਨਹੀਂ ਗਏ। ਇਸ ਦੀ ਵਜ੍ਹਾ ਦੇ ਨਾਲ ਸਾਰੇ ਲੋਕ ਪਰੇਸ਼ਾਨ ਨੇ, ਇੱਧਰ ਦੇਖੋ ਸਾਰੇ ਮਕਾਨ ਡਿੱਗਣ ਵਾਲੇ ਹੋਏ ਪਏ ਨੇ। ਸੀਵਰੇਜ ਸਰ ਇਹ ਨਾ ਸ਼ੁਰੂ ਤੋਂ ਹੀ ਨਹੀਂ ਚੱਲਿਆ ਹੈ ਸੀਵਰੇਜ, ਯਾਨੀ ਸਹੀ ਪਿਆ ਹੀ ਕੋਈ ਨਹੀਂ, ਚੱਲਣਾ ਕਿ ਤੁਸੀਂ ਕਿੰਨੀ ਦੇਰ ਇਸ ਨੂੰ? ਦੋ ਸਾਲ ਤੋਂ ਉੱਪਰ ਹੀ ਹੋ ਗਿਆ, ਦੋ ਢਾਈ ਤਿੰਨ ਸਾਲ ਹੀ ਸਮਝੋ ਤੁਸੀਂ, ਇਸ ਤਰ੍ਹਾਂ ਹਾਲਾਤ ਜੀ ਰਹੇ ਨੇ ਲੋਕ। ਕੋਈ ਆਇਆ ਨਗਰ ਕੌਂਸਲ ਕੋਈ ਗੱਲ ਨਹੀਂ ਸੁਣਦਾ ਜੀ, ਪੂਰੇ ਕੋਈ ਗੌਰ ਨਹੀਂ ਕਰਦਾ ਜੀ ਇਸ ਜਗ੍ਹਾ ਤੇ। ਅੱਜ ਕੌਣ ਪਹੁੰਚੇ ਇੱਥੇ ਮੌਕੇ ਤੇ ਜੀ? ਮੌਕੇ ਤੇ ਖਾਲਸਾ ਸਾਹਿਬ ਜੀ ਆਏ ਸੀ। ਖਾਲਸਾ ਸਾਹਿਬ ਯਾਨੀ ਕਿ ਆਮ ਪਾਰਟੀ ਦੇ ਖਾਲਸਾ ਸਾਹਿਬ, ਕਿਉਂਕਿ ਗੋਲ ਸੱਚਾਈ ਹੈ ਤੇ ਉਹ ਹੀ ਬੋਲਾਂਗੇ, ਠੀਕ ਹੈ ਨਾ? ਐਵੇਂ ਮੈਂ ਕਿਸੇ ਨੂੰ ਕੌਣ ਆਇਆ ਸੀ? ਉਹਨਾਂ ਨੇ ਆ ਕੇ ਤੇ ਯਾਨੀ ਕਿ ਕੋਈ ਗੱਡੀ ਲੈ ਕੇ ਆਏ, ਉਹ ਗੱਡੀ ਨਾਲ ਪਾਣੀ ਕਢਾ ਰਹੇ ਨੇ ਸਾਰੇ ਬਸਤੀ ਵਿੱਚੋਂ। ਗੱਡੀ ਲੈ ਕੇ ਆਣੀ ਕੋਈ ਪਰਮਾਨੈਂਟ ਹੱਲ ਨਹੀਂ ਹੈਗਾ ਸੀ, ਪਰਮਾ ਸਮੱਸਿਆ ਹੈਗੀ ਉਹ ਤਾਂ ਜਿਉਂ ਦੀ ਤਿਉਂ ਹੈ ਜੀ, ਪਾਣੀ ਓਵਰਫਲੋ ਹੋ ਗਿਆ ਜੇ ਸੜਕਾਂ ਤੇ ਆ ਰਿਹਾ ਜੀ, ਬੱਚਿਆਂ ਨੂੰ ਬਿਮਾਰੀਆਂ ਵੀ ਲੱਗ ਰਹੀਆਂ ਸਰ, ਲੱਗ ਪੀਣ ਵਾਲੇ ਪਾਣੀ ਵਿੱਚ ਵੀ ਮਿਕਸ ਹੋ ਰਿਹਾ ਸਭ ਕੁਝ, ਪਾਣੀ ਸਾਰਾ ਯਾਨੀ ਸਾਰੀ ਪਾਣੀ ਪੀਣ ਵਾਲਾ ਵੀ ਖਰਾਬ ਹੋ ਰਿਹਾ, ਔਰ ਸਾਰਾ ਕੁਝ ਖਰਾਬੀ ਹੋ ਰਹੀ ਸਾਰੀ ਅਸੀਂ। ਹਾਂਜੀ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦੀ ਸਮੱਸਿਆ? ਸਮੱਸਿਆ ਜੀ ਪਾਣੀ ਦੀ ਸਮੱਸਿਆ ਜੀ, ਇੱਥੋਂ ਸਾਰਿਆਂ ਨਾਲ ਜ਼ਿਆਦਾ ਤਾਂ ਹਾਲ ਟੋਟਲ ਬਸਤੀ ਦੇ ਹਾਲਾਤ ਮਾੜੇ ਨੇ, ਸੀਵਰੇਜ ਬਿਲਕੁਲ ਨਕਲੀ ਪਾਏ ਨੇ, ਕੰਮ ਕਰਨ ਵਾਲੇ ਬੰਦੇ ਨਿਕੰਮੇ ਸੀ ਅਤੇ ਕਰਾਉਣ ਵਾਲੇ ਵੀ ਨਿਕੰਮੇ ਸੀ। ਜਦੋਂ ਇਹ ਸੀਵਰੇਜ ਦਾ ਰੌਲਾ ਪਾਇਆ ਤਾਂ ਕਹਿੰਦੇ ਸਰਕਾਰ ਤੋਂ ਸਾਨੂੰ ਟੈਂਡਰ ਪ੍ਰਾਪਤ ਹੈ 2.5 ਇੰਚ ਦੀ ਪੈਪ ਦਾ ਜੀ, ਅਤੇ ਇੱਕ ਗਲੀ ਦੇ ਵਿੱਚ 60 ਤੋਂ ਪਲੱਸ 70 ਘਰ ਨੇ, 70 ਘਰਾਂ ਦਾ 3 ਇੰਚੀ ਪਾਣੀ ਪੈਪ ਕਿਵੇਂ ਚੱਕੇਗੀ? ਇੰਨੇ ਕੁ ਹਾਲਾਤ ਮਾੜੇ ਨੇ, ਨਾ ਇੱਥੇ ਮੁਹੱਲੇ 'ਚ ਕੋਈ ਕਲੀਨਿਕ ਹੈਗੀ। ਜੇ ਮੰਨ ਲਓ ਕੋਈ ਬੰਦਾ ਬਿਮਾਰ ਹੁੰਦਾ ਡੇਂਗੂ ਜਾਂ ਮਲੇਰੀਏ ਨਾਲ, ਕੋਈ ਸਹੂਲਤ ਨਹੀਂ ਗਈ ਕਲੀਨਿਕ ਪਲੱਸ ਦੀ, ਵੀ ਇੱਥੇ ਬੰਦਾ ਕੋਈ ਕਹਿ ਦੇਵੇ ਜਾਂ ਬੰਦਾ ਬਿਮਾਰ ਹੁੰਦਾ ਫਟਾਫਟ, ਨਾ ਤਾਂ ਕੋਈ ਡਾਕਟਰ ਦੀ ਸਹੂਲਤ ਹੈ ਜੀ, ਸਿਵਲ ਹੋਸਪਿਟਲ ਦੇ ਕੋਈ ਡਾਕਟਰ ਵੀ ਹੈ ਨਹੀਂ ਦੇ ਜਿੱਥੇ ਬੰਦਾ ਫਟਾਫਟ ਲੈ ਜੇ, ਉਹ ਮੈਡੇ ਰੈਫਰ ਕਰਕੇ ਫਰੀਦਕੋਟ ਮੈਡੀਕਲ 'ਚ ਭੇਜ ਦਿੰਦੇ ਜੀ। ਸੀਵਰੇਜ ਕਦੋਂ ਦਾ ਬਲੌਕ ਹੋਇਆ? ਇਹ ਸੀਵਰੇਜ 3 ਸਾਲ ਦੇ ਨੇੜੇ ਹੋ ਚੱਲਿਆ ਜੀ, ਚੱਲਿਆ ਨਹੀਂ ਤਾਂ ਬਲੌਕ ਦਾ ਕਹਿਣਾ ਕੀ, ਜਦੋਂ ਚੱਲਿਆ ਨਹੀਂ ਤਾਂ ਬਲੌਕ ਤਾਂ ਕੀ ਚੱਲਿਆ ਹੋਵੇ, ਚੱਲਿਆ ਨਹੀਂ ਇਵੇਂ ਰਿਹਾ। ਇਹ ਤੋਂ ਚੰਗਾ ਪਹਿਲਾਂ ਨਾਲੀਆਂ ਚੰਗੀਆਂ ਸੀ ਦੀਆਂ, ਜਦੋਂ ਇਹ ਸੀਵਰੇਜ ਪਾਏ ਨੇ ਬਸਤੀ ਦਾ ਹਾਲ ਇੰਨਾ ਕੁ ਮਾੜਾ ਹੈ ਪਿਆ, ਬੱਚੇ ਡੇਲੀ ਸਕੂਲ ਜਾਂਦੇ ਨੇ ਵਰਦੀਆਂ ਲਿਬੜ ਜਾਂਦੀਆਂ ਨੇ ਅਤੇ ਬੂਟ ਵੀ, ਔਰ ਫਿਰ ਦੁਬਾਰਾ ਆਣ ਕੇ ਚੱਪਲਾਂ ਪਾਉਂਦੇ ਨੇ, ਸਕੂਲੋਂ ਲੇਟ ਹੋ ਜਾਂਦੇ ਨੇ। ਕਿਹੜਾ ਵਾਰਡ ਹੈ ਜੀ ਉਹ ਕੱਢਿਆ? ਇਹ 4 ਨੰਬਰ ਵਾਰਡ ਹੈ ਜੀ, ਐਮ ਸੀ ਨੂੰ ਕਹੀਦਾ ਜੀ, ਉਹ ਕਿਸੇ ਕੀ ਕਿਸੇ ਨੂੰ ਕਹੀ, ਉਹ ਕਹਿੰਦੇ ਸਰਕਾਰ ਹੈ ਨਹੀਂ, ਇਹ ਤਾਂ ਕਾਂਗਰਸੀ ਦੇ ਮੌਜੂਦਾ ਐਮ ਸੀ ਹੈ। ਐਮ ਸੀ ਇੱਥੋਂ ਦੇ ਅਤੇ ਆਪਣੇ ਇੱਕ ਗੁਰਮੀਤ ਹੈ ਜੀ ਅਤੇ ਨੀਲਮ ਹੈ ਜੀ, ਦੋ ਬਸਤੀ ਨੇੜੇ। ਕੀ ਸਮੱਸਿਆ ਆ ਰਹੀ ਤੁਹਾਡੀ ਜੀ? ਸਮੱਸਿਆ ਜੀ ਗਾਲ ਨਾ ਕੱਢੇ, ਇੱਕ ਮਿੰਟ ਦੁਬਾਰਾ ਬਣਾ। ਉਹ ਯਾਰ ਗਾਲ ਕੱਟ ਲਾਂਗੇ ਯਾਰ, ਤੂੰ ਕੱਢ ਲਾ ਗਾਲ। ਚਲੋ ਚਲੋ ਕੱਟ ਕੱਟ ਗਾਲਾਂ ਕੱਟ। ਮੈਂ ਕਹਿੰਦਾ ਵੀ 3 ਵਾਰ ਮਕਾਨ ਪਾਤੇ ਨੇ, 4ਵੀਂ ਵਾਰ ਫੇਰ ਸ਼ੁਰੂ। ਕਿਉਂ ਪਾਣੇ ਪਈ ਮਕਾਨ? ਮਕਾਨ ਇਹਨਾਂ ਦਾ ਖੱਡਾ ਹੈ। ਕਿੰਨਾ ਦਾ ਜੀ? ਆਪ ਕੀਤਾ ਕਿੰਨਾ ਹੈ? ਇਹਦੇ ਵਿੱਚ ਕੀ ਹੈ ਜੀ? ਇਹਦੇ ਵਿੱਚ ਪਾਣੀ। ਅੱਛਾ ਜੀ, ਪਾਣੀ ਕਿੱਧਰ ਜਾ ਰਿਹਾ ਜੀ? ਪਾਣੀ ਉਧਰ ਮਕਾਨਾਂ ਨੂੰ ਜਾਂਦਾ ਪਿਆ, ਨੀਲਾਂ ਬੋਲੀਆਂ ਹੋਈਆਂ ਪਈਆਂ ਨੇ, ਸਲਾਬ ਚੜ ਗਈ ਹੋਣੀ ਅੰਦਰ, ਸਲਾਬ ਚੜ ਗਈ, ਮਕਾਨ ਪਾਟੇ ਪਏ ਨੇ, 3ਵਾਰ ਤਾਂ 3 ਵਾਰੀ ਡਿੱਗ ਪਏ ਨੇ, 4ਵੀਂ ਵਾਰ ਫਿਰ ਪਾਉਣੇ ਨੇ। ਸਾਨੂੰ ਇੱਥੇ ਖਰਚਾ ਦਿੰਦੇ ਨੇ ਥਾਂ ਵਾਲੇ ਵੀ, ਪਾਈ ਜਾਓ ਤੇ ਛੱਡੀ ਜਾਓ ਤੇ ਤੋੜੀ ਜਾਓ। ਨਗਰ ਕੌਂਸਲ ਕੀ ਕਰਦੀ ਹੈ? ਉਹ ਆਉਂਦੇ ਨੇ ਬਸ, ਮੋਬਾਈਲ ਫੜਤੇ ਤਾਂ ਉੱਥੇ ਕਿਤੇ ਨਹੀਂ ਕਰਦੇ, ਉਂਗਲਾਂ ਉਂਗਲਾਂ ਮਾਰਦੇ ਚਲੇ ਜਾਂਦੇ ਨੇ, ਕੰਧ ਬਣੇ ਹੁੰਦੇ ਨਹੀਂ ਦੇ ਬੜੇ, ਉਹਨਾਂ ਦੀਆਂ ਕੋਠੀਆਂ ਫਿਰ ਪਤਾ ਲੱਗਦਾ। ਸਫਾਈ ਨਹੀਂ ਇੱਥੇ? ਸਫਾਈ ਆ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ। ਕੀ ਨਾਮ? ਸਾਡਾ ਝੂਠ ਇਹਦਾ। ਕੀ ਨਾਮ ਕੀ ਹੈ ਤੁਹਾਡਾ? ਹੈ ਮੇਰਾ ਨਾਮ ਵੀਰ ਸਿੰਘ ਹੈ। ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ? ਅੱਜ ਵਾਰਡ ਵਿੱਚ ਗਏ ਸੀ ਜੀ, ਪਾਣੀ ਦੀ ਕਾਫੀ ਸਮੱਸਿਆ, ਲੋਕ ਬੜੇ ਪਰੇਸ਼ਾਨ ਨੇ ਜੀ, ਪਾਣੀ ਉਹਨਾਂ ਦੇ ਘਰਾਂ ਤੱਕ ਪਹੁੰਚ ਕਰ ਰਿਹਾ ਜੀ। ਪਾਣੀ ਦੀ ਸਮੱਸਿਆ ਜਿਹੜੀ ਹੈ ਨਾ ਜੀ, ਕੋਈ ਇਹ ਨਹੀਂ ਹੈ ਵੀ ਸਾਡੇ ਕੋਈ ਪਰਮਾਨੈਂਟ ਸਮੱਸਿਆ ਨਹੀਂ। ਰਾਤ ਸਾਡੇ ਗੁਰੂ ਸਾਹਿਬ ਬਾਰਿਸ਼ ਜਿਹੜੀ ਹੈ ਉਹ ਬਹੁਤ ਜ਼ਿਆਦਾ ਪਈ ਹੈ, ਉਹ ਬਾਰਿਸ਼ ਦੀ ਮਤਲਬ ਵਜ੍ਹਾ ਕਰਕੇ ਜਿਹੜਾ ਨਾ ਪਾਣੀ ਗਲੀਆਂ ਦੇ ਵਿੱਚ ਰੁਕ ਗਿਆ। ਉਹਦੇ ਵਾਸਤੇ ਸਾਡੇ ਕੋਲ ਇੱਕ ਜੈਟਿੰਗ ਮਸ਼ੀਨ ਹੈ, ਅਸੀਂ ਉਹਦੇ ਨਾਲ ਗਲੀਆਂ ਦੇ ਵਿੱਚੋਂ ਪਾਣੀ ਨੂੰ ਸੱਕ ਕਰਨਾ ਸਟਾਰਟ ਕਰ ਦਿੱਤਾ। ਜਿਹੜਾ ਸਾਡਾ ਡਿਸਪੋਜਲ ਹੈਗਾ ਉੱਥੋਂ ਅਸੀਂ ਨਾਲ ਮੋਟਰਾਂ ਸਾਰੀਆਂ ਔਨ ਕੀਤੀਆਂ ਹੋਈਆਂ ਨੇ ਤਾਂ ਕਿ ਪਾਣੀ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਉਤਲਾ ਪਾਸਾ ਆਉਣ ਕਰਕੇ ਉਹ ਖਾਲੀ ਕੀਤਾ ਜਾਵੇ। ਕੁਛ ਸਾਨੂੰ ਸਭ ਤੋਂ ਜ਼ਿਆਦਾ ਜਿਹੜੀ ਸਾਡੀ ਪ੍ਰੋਬਲਮ ਸਾਨੂੰ ਕ੍ਰੀਏਟ ਹੁੰਦੀ ਹੈ ਉਹ ਗਲੀਆਂ ਜਿਹੜੀਆਂ ਨੇ ਉਹ ਇੰਨੀਆਂ ਟਾਈਟ ਹੈਗੀਆਂ ਨੇ
ਵੀ ਸਾਡੀਆਂ ਜਿਹੜੀਆਂ ਇਹ ਮਸ਼ੀਨ ਹੈ, ਜੈਟਿੰਗ ਮਸ਼ੀਨ ਹੋਈ, ਸ਼ਕਿੰਗ ਮਸ਼ੀਨ ਹੋਈ, ਇਹ ਕੋਈ ਵੀ ਮਤਲਬ ਵਹੀਕਲ ਜਿਹੜਾ ਹੈ ਸਾਡਾ ਉਹ ਮਤਲਬ ਅੰਦਰ ਉੱਥੇ ਗਲੀਆਂ ਦੇ ਵਿੱਚ ਜਾ ਨਹੀਂ ਸਕਦਾ, ਜਿਹਦੀ ਵਜ੍ਹਾ ਕਰਕੇ ਸਾਨੂੰ ਇੱਕ ਇਹ ਦਿੱਕਤ ਆਉਂਦੀ ਹੈ। ਹੁਣ ਅਸੀਂ ਇਹਦੇ ਵਾਸਤੇ ਇੱਕ ਸਪੈਸ਼ਲ ਟੁੱਲੂ ਪੰਪ ਜਿਹੜਾ ਨਾ ਅੱਜ ਮਤਲਬ ਹੋਰ ਮਤਲਬ ਪਰਚੇਜ ਕੀਤਾ, ਉਹਦੇ ਨਾਲ ਅਸੀਂ 200 ਫੁੱਟ ਲੰਬੀ ਪਾਈਪ ਮਤਲਬ ਨਾਲ ਲਈਏ ਤਾਂ ਕਿ ਜਿਹੜੀ ਗਲੀ ਦੇ ਦੂਰ ਤੀਕਰ ਮਤਲਬ ਮਾਰ ਅਸੀਂ ਕਰ ਸਕੀਏ। ਵਾਰਡ ਵਾਸੀਆਂ ਦਾ ਕਹਿਣਾ ਵੀ ਇਹ ਸੀਵਰੇਜ ਬਲੋਕੇਜ ਹੈ ਜੀ, ਸੀਵਰੇਜ ਦੀ ਸਫਾਈ ਨਹੀਂ ਹੋਈ ਜਿਸ ਕਾਰਨ। ਸੀਵਰੇਜ ਦੀ ਭਾਜੀ ਕੋਈ ਬਲੋਕੇਜ ਨਹੀਂ ਹੈਗੀ, ਸੀਵਰੇਜ ਦੀ ਬਲੋਕੇਜ ਤਾਂ ਹੁੰਦੀ ਹੈ ਜੇਕਰ ਸੀਵਰੇਜ ਦੇ ਵਿੱਚੋਂ ਮਤਲਬ ਪਾਣੀ ਨਿਕਲ ਰਿਹਾ ਹੋਵੇ ਤਾਂ। ਵੀ ਸੀਵਰੇਜ ਬਲੋਕ ਦਾ ਮਤਲਬ ਇਹ ਹੈ ਵੀ ਜੇ ਸੀਵਰੇਜ ਥਾਣੀ ਪਾਣੀ ਲੀਕ ਕਰਦਾ ਪਿਆ ਤਾਂ ਫਿਰ ਤਾਂ ਸੀਵਰੇਜ ਦੀ ਪ੍ਰੋਬਲਮ ਹੋ ਗਈ। ਪਾਣੀ ਤਾਂ ਮਤਲਬ ਉੱਪਰੋਂ ਜਿਹੜਾ ਮਤਲਬ ਇਹ ਆਪਣਾ ਘਰਾਂ ਦਾ ਪਾਣੀ, ਘਰਾਂ ਦਾ ਪਾਣੀ, ਕੁਛ ਇਹਨਾਂ ਲੋਕਾਂ ਦੀਆਂ ਪਾਈਪਾਂ ਆਪਦੀਆਂ ਟੁੱਟੀਆਂ ਹੋਈਆਂ ਨੇ, ਉਹ ਜਦੋਂ ਇਹ ਲੋਕ ਮਤਲਬ ਪਾਣੀ ਮਤਲਬ ਇੱਕ ਕੁਛ ਵਾਟਰ ਬਕਸ ਦੀਆਂ ਪਾਈਪਾਂ ਜਿਹੜੀਆਂ ਨੇ ਇਹਨਾਂ ਨੇ ਘਰੇ ਜਿਹੜੀਆਂ ਮੋਟਰਾਂ ਲਾਈਆਂ ਨੇ, ਪਾਣੀ ਓਵਰਫਲੋ ਹੁੰਦਾ ਰਹਿੰਦਾ, ਕੁਛ ਇਹਨਾਂ ਦੀਆਂ ਪਾਈਪਾਂ ਟੁੱਟੀਆਂ ਹੋਣ ਕਰਕੇ ਉਹ ਜਦੋਂ ਇਹ ਆਪਣਾ ਸੀਵਰੇਜ ਆਨ ਕਰਦੇ ਨੇ ਉਹਦੀ ਵਜ੍ਹਾ ਕਰਕੇ ਪਾਣੀ ਜਿਹੜਾ ਗਲੀਆਂ ਦੇ ਵਿੱਚ ਆ ਜਾਂਦਾ ਹੈਗਾ। ਔਰ ਇਹਨਾਂ ਨੂੰ ਅਸੀਂ ਜਾ ਕੇ ਮੌਕੇ ਦੇ ਉੱਤੇ ਦਿਖਾਇਆ ਵੀ ਆਹ ਤੁਹਾਡੀ ਵਜ੍ਹਾ ਕਰਕੇ ਪਾਣੀ ਆ ਰਿਹਾ, ਨਾ ਕਿ ਨਾ ਇਹ ਸੀਵਰੇਜ ਦਾ ਅਤੇ ਨਾ ਇਹ ਬਰਸਾਤੀ ਪਾਣੀ। ਠੀਕ ਸਰ ਜੀ, ਖਾਲਸਾ ਜੀ ਕਿੱਦਾਂ ਦੇਖਦੇ ਹੋ ਜੀ ਅੱਜ ਤੁਸੀਂ ਗੁਰਕਰਮ ਸਿੰਘ ਬਸਤੀ ਪਹੁੰਚੇ ਹੋ ਜੀ, ਮੱਠਾ ਬਸਤੀ, ਮੱਠਾ ਬਸਤੀ ਦੇ ਵਿੱਚ ਪਾਣੀ ਦੀ ਨਿਕਾਸੀ ਨਹੀਂ ਹੈ, ਉੱਪਰੋਂ ਬਰਸਾਤ ਹੈ ਜੀ, ਨਗਰ ਕੌਂਸਲ ਵੱਲੋਂ ਸਫਾਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਸੀਵਰੇਜ ਦੀ ਕਾਫੀ ਸਮੱਸਿਆ ਆ ਰਹੀ ਹੈ, ਇਹ ਸਮੱਸਿਆ ਕਰਕੇ ਅਸੀਂ ਇੱਥੇ ਆਏ ਹਾਂ। ਜਿਹੜੀ ਮਿਊਂਸੀਪਲ ਕਮੇਟੀ ਹੈ ਇਹ ਕਾਂਗਰਸ ਦੇ ਤਹਿਤ ਹੈ, ਤੁਸੀਂ ਚੰਗੀ ਤਰ੍ਹਾਂ ਜਾਣਦੇ ਜਦੋਂ ਇਹ ਪਿਛਲੇ ਇਲੈਕਸ਼ਨ ਹੋਏ ਨੇ ਤਾਂ ਉਦੋਂ ਆਮ ਆਦਮੀ ਪਾਰਟੀ ਹੈ ਮਿਊਂਸੀਪਲ ਕਾਰਪੋਰੇਸ਼ਨ ਸਾਰੀ ਜਿੱਤ ਚੱਲੀ ਸੀ ਅਤੇ ਇਹਨਾਂ ਨੇ ਗੁੰਡਾਗਰਦੀ ਕਰਕੇ ਅਤੇ ਬੂਥਾਂ ਦੇ ਕਬਜ਼ੇ ਕਰਕੇ ਅਤੇ ਉਹ ਜਿਹੜੀ ਕਮੇਟੀ ਆਪਦੀ ਸਰਕਾਰ ਦਾ ਪ੍ਰਭਾਵ ਵਿਖਾ ਕੇ ਕਬਜ਼ੇ 'ਚ ਲੈ ਲਈ ਸੀ, ਪਰ ਇਹ ਕੰਮ ਨਹੀਂ ਕਰਦੇ। ਅੱਜ ਹੁਣੀ ਕਮੇਟੀ ਦੇ ਪ੍ਰਧਾਨ ਜੀ ਵੀ ਗਏ ਨੇ, ਈਓ ਸਾਹਿਬ ਵੀ ਗਏ ਨੇ ਇੱਥੋਂ, ਉਹਨਾਂ ਨੂੰ ਅਸੀਂ ਸੱਦ ਕੇ ਅੱਜ ਸਾਰਾ ਜਿਹੜਾ ਨਰਕ ਬਣਿਆ ਪਿਆ ਸੀ ਭੱਠਾ ਬਸਤੀ ਦੇ ਵਿੱਚ 4 ਨੰਬਰ 3 ਨੰਬਰ ਵਾਰਡ ਦੇ ਵਿੱਚ ਉਹਨਾਂ ਨੂੰ ਵਿਖਾਇਆ ਹੈ, ਵਿਖਾਇਆ ਅਤੇ ਮੌਕੇ 'ਤੇ ਮਸ਼ੀਨਾਂ ਲਵਾਈਆਂ ਨੇ, ਉਹ ਪਾਣੀ ਕੱਢਣਗੀਆਂ, ਕੱਢ ਕੇ ਸਾਫ਼ ਸੁਥਰਾ ਸਾਰਾ ਥਾਂ ਬਣ ਜਾਵੇਗਾ ਇੱਕ ਦੇ ਦਿਨ ਦੇ ਵਿੱਚ ਹੀ। ਅਸੀਂ ਇਹਨਾਂ ਦਾ 1 ਸਕਿੰਟ ਦਾ ਵੀ ਦੁੱਖ ਨਹੀਂ ਝੱਲਾਂਗੇ, ਅਸੀਂ ਹਰ ਵਕਤ ਜਦੋਂ ਵੀ ਇਹਨਾਂ ਨੂੰ ਕੋਈ ਸਮੱਸਿਆ ਹੋਵੇਗੀ ਇਹਨਾਂ ਦੇ ਕੋਲ ਰਵਾਂਗੇ ਅਤੇ ਅਸੀਂ ਇਹ ਕੰਮ ਹਰ ਹਾਲਤ ਦੇ ਵਿੱਚ ਵਧੀਆ ਕਰਵਾਵਾਂਗੇ ਅਤੇ ਬਹੁਤ ਜਲਦੀ ਕਰਵਾਵਾਂਗੇ। ਖਾਲਸਾ ਜੀ, ਤੁਸੀਂ ਨਾ ਕਾਂਗਰਸ ਸਰਕਾਰ ਵੇਲੇ ਲਾਈਵ ਹੋਵੇਗਾ ਦਿਖਾਉਂਦੇ ਸੀ ਵੀ ਪਾਣੀ ਦਾ ਗੰਦ ਵੱਜਿਆ ਹੋਇਆ, ਅੱਜ ਵੀ ਲਾਈਵ ਹੋ ਕੇ ਵਿਖਾਓ, ਅੱਜ ਵੀ ਇਹ ਜਿਹੜਾ ਕੰਮ ਕਾਂਗਰਸ ਦਿੱਤਾ ਹੀ ਹੈ, ਸਾਡਾ ਕੰਮ ਨਹੀਂ। ਤੁਸੀਂ ਚੰਗੀ ਤਰ੍ਹਾਂ ਜਾਣਦੇ ਜੇ ਕਿ ਇਹ ਜਿਹੜੀ ਸਰਕਾਰ ਬਣੀ ਪਰ ਮਿਊਂਸੀਪਲ ਕਾਰਪੋਰੇਸ਼ਨ ਤਾਂ ਕਾਂਗਰਸ ਦੇ ਸਾਰੇ MC ਨੇ, MC ਉਹਨਾਂ ਦੇ ਨੇ, ਪ੍ਰਧਾਨ ਉਹਨਾਂ ਦੇ ਨੇ, ਸਾਰੇ ਉਹਨਾਂ ਦੇ ਨੇ, ਪਰ ਅਸੀਂ ਉਹਨਾਂ ਦਾ ਕੰਮ ਵੀ ਅਸੀਂ ਕਰ ਰਹੇ ਹਾਂ, ਉਹ ਆਪਦੇ ਕੰਮ ਤੋਂ ਭੱਜੇ ਨੇ। ਅਧਿਕਾਰੀ ਅਮਲਾ ਵੀ ਜਿਹੜਾ ਮਿਊਂਸੀਪਲ ਕਾਰਪੋਰੇਸ਼ਨ ਦਾ ਉਹਨਾਂ ਦੇ ਤਹਿਤ ਹੈ, ਬਾਕੀ ਜਿਹੜੇ ਅਧਿਕਾਰੀ ਸਾਡੇ ਜਿੰਨਾ ਪ੍ਰਭਾਵ ਹੈ ਸੀ ਉਹਨਾਂ ਨੂੰ ਇੱਥੇ ਸੱਦਿਆ ਸਮੇਤ ਮਸ਼ੀਨਾਂ ਆਏ ਨੇ, ਉਹ ਪਾਣੀ ਕੱਢਣ ਡੈਣ, ਤੁਸੀਂ ਲੋਕਾਂ ਤੋਂ ਪੁੱਛੋ ਵੀ ਪਾਣੀ ਕਢਵਾ ਰਹੇ ਉਹਨਾਂ ਦਾ ਕਿ ਨਹੀਂ। ਪਿਛਲੀ ਵਾਰ ਵੀ ਜਦੋਂ ਜਾਮ ਹੋਇਆ ਸੀ ਇਹ ਸੀਵਰੇਜ ਅਸੀਂ ਸਾਫ਼ ਕਰਵਾਇਆ ਸੀ ਅਤੇ ਇਹਨਾਂ ਨੂੰ ਸੱਦ ਕੇ ਇੱਥੇ ਉੱਤੇ ਖੜ੍ਹ ਕੇ ਕਰਵਾਇਆ ਸੀ। ਪਰਮਾਨੈਂਟ ਹੱਲ ਤਾਂ ਉਦੋਂ ਹੀ ਸੀ ਬੜਾ ਵਧੀਆ ਜਦੋਂ ਇਹ ਬਣਿਆ ਸੀ, ਪਰ ਉਦੋਂ ਕਰਪਸ਼ਨ ਕਰਕੇ ਉਹਨਾਂ ਲੋਕਾਂ ਨੇ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਇਹ ਪਰਮਾਨੈਂਟ ਹੱਲ ਦਾ ਜਿਹੜਾ ਸੀ ਇਹ ਠੀਕ ਨਹੀਂ ਰਹਿਣ ਦਿੱਤਾ, ਇਹਨੂੰ ਸੀਵਰੇਜ ਨੂੰ ਠੀਕ ਪਾਇਆ ਹੀ ਨਹੀਂ। ਅੱਜ ਇੱਥੇ ਸਾਨੂੰ ਪਤਾ ਲੱਗਿਆ ਵੀ ਪਿਛਲੇ 9 ਸਾਲ ਤੋਂ ਇੱਥੇ ਜਿਹੜਾ ਵਾਟਰ ਸਪਲਾਈ ਦਾ ਪੀਣ ਵਾਲਾ ਪਾਣੀ ਵੀ ਨਹੀਂ ਆ ਰਿਹਾ, ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਵੀ ਪਾਣੀ ਦੇ ਵਿੱਚ ਗੰਦਾ ਪਾਣੀ ਮਿਕਸ ਹੋ ਕੇ ਆਉਂਦਾ। ਸਾਡੀ ਆਮ ਆਦਮੀ ਪਾਰਟੀ ਦੇ 14 ਮਹੀਨਿਆਂ ਦੇ ਪੀਰੀਅਡ ਦੇ ਵਿੱਚ ਅਸੀਂ ਬੜੇ ਵੱਡੇ ਵੱਡੇ ਕੰਮ ਕੀਤੇ ਨੇ, ਕਰੀ ਜਾਂਦੇ ਹਾਂ ਅਤੇ ਬੜੀ ਦ੍ਰਿੜਤਾ ਦੇ ਨਾਲ ਕਰ ਰਹੇ ਹਾਂ, ਅਸੀਂ ਇਹਦੇ ਵਿੱਚ ਕੋਈ ਲੁਕਾ ਨਹੀਂ ਰੱਖਦੇ ਕਿ ਇੱਥੇ ਅੱਜ ਪਾਣੀ ਨਹੀਂ ਗਾ ਹੈਗਾ, ਪਰ ਇਹ ਨਲਾਇਕੀ ਕਾਂਗਰਸ ਦੀ MC ਕਮੇਟੀ ਦੀ ਹੈ, ਉਹਨਾਂ ਦੀ ਨਲਾਇਕੀ ਹੈ, ਸਾਡਾ ਇਹਦੇ ਵਿੱਚ ਦੋਸ਼ ਨਹੀਂ ਗਾ। ਅਸੀਂ ਤਾਂ ਉਲਟਾ ਇਹਨਾਂ ਨੂੰ ਆਣ ਕੇ ਉਹਨਾਂ ਨੂੰ ਸੱਦ ਕੇ ਮੌਕੇ 'ਤੇ ਕੰਮ ਕਰਵਾਇਆ, ਸ਼ੁਰੂ ਕਰਵਾਇਆ ਅੱਜ। ਖਾਲਸਾ ਜੀ, ਮੌਨਸੂਨ ਸ਼ੁਰੂ ਹੋਣ ਵਾਲਾ ਜੀ, ਨਗਰ ਕੌਂਸਲ ਦੀ ਤੁਸੀਂ ਗੱਲ ਕੀਤੀ, ਸਾਫ਼ ਸਫਾਈ ਨਹੀਂ ਹੈਗੀ ਜੀ, ਅਤੇ ਪਾਣੀ ਤਾਂ ਫਿਰ ਵੀ ਘਰਾਂ ਵਿੱਚ ਜਾਊਗਾ ਜੀ, ਬਦਬੂ ਮਾਰੇਗਾ ਪਾਣੀ? ਹਾਂ ਜਾਵੇਗਾ, ਅਤੇ ਫਿਰ ਕੱਢਾਂਗੇ, ਜਿੰਨੀ ਵਾਰ ਵੀ ਜਾਵੇਗਾ ਉੰਨੀ ਵਾਰ ਕੱਢਾਂਗੇ। ਵੱਡੀਆਂ ਮਸ਼ੀਨਾਂ ਤੁਸੀਂ ਤੁਹਾਡੇ ਗਿਆਤਾ ਵਾਸਤੇ ਮੈਂ ਦੱਸਾਂ, ਕਰੋੜ ਰੁਪਈਏ ਦੀ ਜਿਹੜੀ ਮਸ਼ੀਨ ਹੈ ਨਾ ਕੈਂਟਰਾਂ ਦੇ ਵਿੱਚ ਫਿੱਟ ਹੋਈ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸ਼ਹਿਰਾਂ ਨੂੰ ਹਰੇਕ ਸ਼ਹਿਰ ਦੇ ਵਿੱਚ ਦਿੱਤੀ ਹੈ, ਅਤੇ ਉਹ ਸਮਰੱਥਾ ਰੱਖਦੀਆਂ ਨੇ ਪਾਣੀ ਕੱਢਣ ਦੀਆਂ, ਸਫਾਈ ਰੱਖਣ ਦੀ। ਹਾਂਜੀ ਬਿਲਕੁਲ ਮਿਲੀ, ਅੱਜ ਫੋਟੋ ਇੱਥੇ ਪਾਈਆਂ ਨੇ, ਆ ਹੁਣੇ ਹੀ ਉਹ ਲੈ ਕੇ ਗਈ, ਪਰਮਾਨੈਂਟ ਹੈ। ਇੱਕ ਇਸ ਤੋਂ ਬਾਅਦ ਅਸੀਂ ਹੋਰ ਲੈਣ ਵਾਸਤੇ ਸਰਕਾਰ ਨੂੰ ਅਪਰੋਲ ਭੇਜੀਏ ਕਿ ਉਹ ਛੋਟੀਆਂ ਗਲੀਆਂ ਦੇ ਵਿੱਚ ਜਿੱਥੇ ਵੱਡੀ ਮਸ਼ੀਨ ਨਹੀਂ ਜਾਂਦੀ, ਉਹ ਛੋਟੀਆਂ ਗਲੀਆਂ ਦੇ ਵਿੱਚ ਜਾਣ ਵਾਸਤੇ ਛੋਟੀ ਮਸ਼ੀਨ ਵੀ ਦਿੱਤੀ ਜਾਏ, ਤਾਂ ਜੋ ਜਿੱਥੇ ਸਲੰਮ ਏਰੀਏ ਨੇ ਜਿੱਥੇ ਮਸ਼ੀਨ ਵੱਡੀ ਨਹੀਂ ਜਾਂਦੀ ਉੱਥੇ ਵੀ ਪਹੁੰਚ ਹੋ ਗਏ ਅਤੇ ਪਾਣੀ ਦੀ ਸਫਾਈ ਕੀਤੀ ਹੈ। ਜੀ ਮੁੱਖ ਤੇ ਆਏ ਉਹ ਹਾਲਾਤ ਜਿਹੜੇ ਤੁਸੀਂ ਦੇਖ ਹੀ ਲੈਣੇ, ਵੱਧ ਤੋਂ ਬੱਤਰ ਹੋਏ ਆ, ਅਤੇ ਜਿਹੜਾ ਇਹਨਾਂ ਦਾ ਕੂੜ ਹੈ ਲੋਕਾਂ ਦਾ, ਚਾਹੇ ਸਰਕਾਰ ਕਿਹੜੀ ਵੀ ਰਹੀ ਹੈ,
निकासी नहीं हो रही, लोग बहुत परेशान ने। असल च जो ये सीवरेज बनया सी ना उदो जो मौके के अधिकारी सी जां सीवर कारपोरेशन जां कोई भी सीगा जिहड़ा ड्यूटी बनती सी उन्होंने ये सिस्टम नूं संभालिया ही नहीं। करप्शन दे विच इहदा अधूरा काम माड़ा मटीरियल ला के इहदा काम किया जिहदे करके आ प्रॉब्लम आ रही है। साडी कोशिश ये है कि साडे कोल जदों इहनां दा सुनेहा पहुंचा कि इत्थे गंदगी आ असीं कदे बर्दाश्त नहीं करांगे क्योंकि इन्हां गलियां दे विच आ के असीं डोर टू डोर वोटां मंगियां ने। इहनां लोकां नाल वादा किया कि तुहाडे हर दुख सुख नाल खड़ांगे ते साडा फर्ज बनदा असीं जी अज्ज मौके ते आए हां। माहौल देखिया इत्थे किदां दा गंद पिया होया, पिछले 15 दिन तो गंदगी इत्थे फैली हुई है तो अज्ज मौके ते मशीन लिया के लवाई आ ते तारा नीवियां होण करके मशीन अंदर नहीं जा पाई। एस डी साहब नाल गल हुई आ, सवेरे लिखती च एप्लीकेशन देणगे, इह तारा साइड ते करा के उल पाई जाएगी ते मशीन अंदर तक जाके सफाई करावांगे। असीं कहना ये चाहने भी आ वेखो साडा बुरा हाल है, बच्चे साडे बीमार ने, सिवर जे असीं साफ करवाने तो पैसे दे के करवाने, 100-100 रुपया एक घर नूं असीं ला के फिर सिवर साफ कराने, बच्चे साडे बीमार होए पए ने, पेट ज दर्द उल्टियां लग जांदियां ने, बहुत बुरा हाल होया पिया जी साडा। साडी कोई सुनवाई नहीं करदा, कोई सानूं दिल भी नहीं मारदा आण के भी तुसीं किवें गरीब बैठे जे साडे घरां दे विच सिवरां दा पाणी वड़िया पिया है, जा के तुसीं एक एक घर दी पुण छुण कर सकदे जी। साडी कोई नहीं, वोटां वाले आंदे ने कहणगे जी असीं अहीं कर देंगे, असीं चिड़िया घर असीं गुरुवर साहिब बना देंगे, कोई चिड़िया घर छड्ड के जंगलां वाला कोई थां भी नहीं हुंदी, असीं किधर जाइए की करिए, साडे असी बेकार इत्थे होए पए, साडा बुरा हाल होया पिया है, सानू तुसी आ खुद वेख सकदे जे थावां भी किड्डा साडा बुरा हाल है। आ साडे बच्चे बीमार ने, रात नूं बह के रातां कट्टी दियां ने, सानू मच्छर सानू ओह नहीं टिकण दिंदा, पानी साडा खराब सारे होए पए ने, जो असी पानी पीने ओह भी खराब होया पिया है, असी नरक जिंदगी भोगने पए आ। कोई नगर कौंसल जो आया इत्थे अधिकारी इत्थे पहुंचे कोई? नहीं 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 जी, कोई नहीं आया, कोई नहीं आया इत्थों। असी सीवर साफ कराने आ ना ते असी पैसे दे के घर घर नूं 100-100 रुपया ला के असी कराने, वो भी माड़ा मोटा करके ते हो जांदे ने, कोई नहीं साडी सुनाई करदा।